ਕਹਿੰਦੇ ਆ ਭਗਵੰਤ ਇੱਥੇ ਆ ਕੇ ਆਪਣੇ ਗੁਨਾਹਾਂ ਦਾ ਪ੍ਰਾਇਸ਼ਚਿਤ ਕਰ ਲੈ, ਆਪਣੇ ਮਦਰ ਨੂੰ ਲੈ ਕੇ ਆ, ਜਿੱਥੇ ਦਾਰੂ ਛੱਡ ਸਕਦਾ ਮਾਂ ਦਾ ਹੱਥ ਫੜ ਕੇ, ਤੇ ਦਰਬਾਰ ਸਾਹਿਬ ਆ ਕੇ ਇਸ਼ਨਾਨ ਕਰਕੇ ਵੀਰ ਤੂੰ ਇਹੀ ਕਹਿ ਦੇ ਕਿ ਮੇਰੇ ਤੋਂ ਜਾਣੇ ਪਛਾਣੇ ਚ ਜਾਣੇ ਅਣਜਾਣੇ ਚ ਭੁੱਲ ਹੋ ਗਈ। ਸਾਡੀ ਤਾਂ ਇਹ ਬੇਨਤੀ ਆ ਭਗਵੰਤ ਨੂੰ ਵੀ ਭਾਈ ਤੈਨੂੰ 48 ਘੰਟੇ ਦਿੱਤੇ, ਪੰਜਾਬ ਨੇ ਤੈਨੂੰ ਕਾਮੇਡੀ ਕਲਾਕਾਰ ਬਣਾਇਆ ਸੀ, ਸਟਾਰ ਜਿਹੜਾ ਤੂੰ ਕਹਿੰਦਾ ਮੱਕਾ, ਮੈਂ ਤਾਂ ਕਾਫੀ ਸਾਲਾਂ ਤੋਂ ਸਟਾਰ ਸੀ। ਕਾਹਦੀ ਭੁੱਲ ਜੀ, ਮੈਥੋਂ ਗਲਤੀ ਕੀ ਹੋ ਗਈ? ਮੈਂ ਕਿਹੜੀ ਗਲਤੀ ਕੀਤੀ ਜੀ? ਮੈਂ ਪੰਜਾਬ ਦਾ ਨੁਕਸਾਨ ਕੀ ਕੀਤਾ ਜੀ? ਭਗਵੰਤ ਮਾਨ ਨੂੰ ਹਰਾਉਣਾ, ਭਗਵੰਤ ਮਾਨ ਨੂੰ ਹਰਾਉਣਾ ਤੇ ਅਕਾਲੀ ਵਿਰੁੱਧ ਬੋਲਿਆ ਸੀ। ਜਦੋਂ ਦੇਖੋ ਆਮ ਆਦਮੀ ਪਾਰਟੀ ਦੇ ਵਿਰੋਧੀ ਬੋਲਦੇ ਰਹਿੰਦੇ, ਜਦੋਂ ਦੇਖੋ ਕੇਜਰੀਵਾਲ, ਭਗਵੰਤ ਮਾਨ ਕੇਜਰੀਵਾਲ, ਮਾੜਾ ਕੀ ਕਰਤਾ ਜੀ ਅਸੀਂ? ਭਗਵੰਤ ਇਜ਼ ਵਨ ਆਫ ਦਾ ਕਲਪ੍ਰਿਟਸ ਹੂ ਹੈਵ ਚੀਟਡ ਦਾ ਰੈਵੋਲੂਸ਼ਨ, ਜਿਹਨੇ ਇਸ ਕ੍ਰਾਂਤੀ ਨੂੰ ਜਿਹੜੀ 2015-16-17 ਦੇ ਵਿੱਚ ਪ੍ਰਬਲ ਹੋਈ ਸੀ ਉਹਨੂੰ ਢਾ ਲਈ ਆ, ਤੇ ਅਸੀਂ ਭਗਵੰਤ ਨੂੰ ਇੱਥੋਂ ਦਰਬਾਰ ਸਾਹਿਬ ਤੋਂ ਬੇਨਤੀ ਕਰਦੇ ਹਾਂ ਕਿ ਬਾਈ ਪਹਿਲਾਂ ਵੀ ਤੈਨੂੰ ਜਦੋਂ ਯੂਥ ਮੈਨੀਫੈਸਟੋ ਆਮ ਆਦਮੀ ਪਾਰਟੀ ਦਾ ਲਾਂਚ ਕਰਨਾ ਸੀ ਇਸੇ ਦਰਬਾਰ ਸਾਹਿਬ ਦੇ ਵਿੱਚ, ਮੈਂ ਕਿਹਾ ਸੀਗਾ ਕਿ ਪੰਜਾਬੀਆਂ ਨਾਲ ਸਿਰ ਜੋੜ ਲਾ ਬਾਈ, ਇੱਥੇ ਬਹਿ ਕੇ ਸਰੋਵਰ ਦੇ ਕੰਢੇ ਗੱਲ ਕਰ ਲਾ, ਨਹੀਂ ਤਾਂ ਇਤਿਹਾਸ 'ਚ ਗੱਦਾਰੀ 'ਚ ਨਾਮ ਲਿਖਿਆ ਜਾਊ ਤੇਰਾ। ਉਹਨੇ ਸੁਣਿਆ ਨਹੀਂ ਸੀ, ਕੇਜਰੀਵਾਲ ਸਾਹਿਬ ਨੇ ਵੀ ਨਹੀਂ ਸੀ ਸੁਣਿਆ ਦਰਬਾਰ ਸਾਹਿਬ 'ਚ ਇੱਥੇ, ਤੇ ਛੋਟੇਪੁਰ ਸਾਹਿਬ ਨੇ ਵੀ ਨਹੀਂ ਸੀ ਸੁਣਿਆ। ਤੇ ਉਸੇ ਸ਼ਾਮ ਨੂੰ ਜਦੋਂ ਇਹਨਾਂ ਨੇ ਯੂਥ ਦਾ ਮੈਨੀਫੈਸਟੋ ਲਾਂਚ ਕੀਤਾ ਸੀ, ਕਿਉਂਕਿ ਇਹ ਠੋਕਰਾਂ ਬੜੀਆਂ ਮਾਰਦੇ ਨੇ ਜਿਹੜੇ ਬੰਦੇ ਨੂੰ ਇਹ ਵਰਤ ਲੈਂਦੇ ਨੇ, ਤੇ ਉਸੇ ਸ਼ਾਮ ਨੂੰ ਦਰਬਾਰ ਸਾਹਿਬ ਦੀ ਫੋਟੋ 'ਤੇ ਝਾੜੂ ਲਾਇਆ ਸੀ, ਯੂਥ ਦਾ ਮੈਨੀਫੈਸਟੋ ਲਾਂਚ ਕਰਨ ਲੱਗਿਆ, ਅਤੇ ਪਰਮਾਤਮਾ ਨੇ ਆਪਣੀ ਕੌਤਕ ਦਿਖਾਏ ਸੀ, ਰੰਗ ਦਿਖਾਏ ਸੀ, ਕੁਦਰਤ ਨੇ ਦਿਖਾਇਆ ਸੀ ਕਿ ਜਿਹੜਾ ਸੱਚ ਤੋਂ ਪੱਲਾ ਝਾੜੂਗਾ, ਸੱਚ ਦਾ ਨਾਮ ਲੈ ਕੇ ਪਹਿਲਾਂ ਨਾਮ ਰੋਸ਼ਨ ਕਰੂਗਾ ਆਪਣਾ, ਬਾਅਦ ਸੱਚ ਤੋਂ ਪੱਲਾ ਝਾੜੂਗਾ, ਉਹਦਾ ਪਤਨ ਕੱਲ੍ਹ ਵੀ ਸੀ, ਅੱਜ ਵੀ ਹੈ ਅਤੇ ਕੱਲ੍ਹ ਵੀ ਹੋਊ। ਜੱਸੀ ਨੇ ਕਿਹਾ ਨਹੀਂ ਸੀ, ਅਸੀਂ ਤਾਂ ਫਿਰ ਵੀ ਕਹਿੰਦੇ ਹਾਂ ਭਗਵੰਤ ਇੱਥੇ ਆ ਕੇ ਆਪਣੇ ਗੁਨਾਹਾਂ ਦਾ ਪ੍ਰਾਇਸ਼ਚਿਤ ਕਰ ਲੈ, ਆਪਣੇ ਮਦਰ ਨੂੰ ਲੈ ਕੇ ਆ, ਜਿੱਥੇ ਦਾਰੂ ਛੱਡ ਸਕਦਾ ਮਾਂ ਦਾ ਹੱਥ ਫੜ ਕੇ, ਤੇ ਦਰਬਾਰ ਸਾਹਿਬ ਆ ਕੇ ਇਸ਼ਨਾਨ ਕਰਕੇ ਵੀਰ ਮੰਨ ਲੈ ਇੱਥੋਂ ਕਿ ਹਾਂ ਭਾਈ ਕੇਜਰੀਵਾਲ, ਸੰਜੇ ਦੁਰਗੇਸ਼ ਤੇ 54 ਅਬਜ਼ਰਵਾਂ ਨੇ ਆਰਥਿਕ, ਮਾਨਸਿਕ ਤੇ ਸਰੀਰਕ ਸ਼ੋਸ਼ਣ ਪੰਜਾਬ ਦੇ ਲੋਕਾਂ ਦਾ ਕੀਤਾ, NRI-ਆਂ ਦੇ ਫੰਡ ਕਰੋੜਾਂ ਰੁਪਏ 'ਚ ਖਾਧੇ ਨੇ, ਤੂੰ ਇਹੀ ਕਹਿ ਦੇ ਕਿ ਮੇਰੇ ਤੋਂ ਜਾਣੇ ਪਛਾਣੇ 'ਚ ਜਾਣੇ ਅਣਜਾਣੇ 'ਚ ਭੁੱਲ ਹੋ ਗਈ। ਸਾਡੀ ਤਾਂ ਇਹ ਬੇਨਤੀ ਆ ਭਗਵੰਤ ਨੂੰ ਵੀ ਭਾਈ ਤੈਨੂੰ 48 ਘੰਟੇ ਦਿੱਤੇ, ਪਰਸੋਂ ਅਸੀਂ ਮਸਤੂਆਣਾ ਸਾਹਿਬ 12:05 ਤੇ ਮੱਥਾ ਟੇਕਣ ਆਵਾਂਗੇ ਜੀ ਸੰਗਰੂਰ ਦੇ ਵਿੱਚ। ਸੰਗਰੂਰ ਦੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਭਾਈ ਇਹਨੇ ਕੱਲ੍ਹ ਨੂੰ ਇਹੀ ਕਹਿਣਾ ਜੀ, ਦੇਖੋ ਇਹਨੂੰ ਜਾਣ ਕੇ ਇੱਥੇ ਭੇਜਿਆ ਗਿਆ, ਮੈਨੂੰ ਹਰਾਉਣ ਲਈ ਸਾਜਿਸ਼ਾਂ ਹੋ ਰਹੀਆਂ ਨੇ, ਨਾ ਤੂੰ ਪੰਜਾਬ ਦਾ ਪੁੱਤ ਬਣ, ਪੰਜਾਬ ਨੇ ਤੈਨੂੰ ਕਾਮੇਡੀ ਕਲਾਕਾਰ ਬਣਾਇਆ ਸੀ, ਸਟਾਰ ਜਿਹੜਾ ਤੂੰ ਕਹਿੰਦਾ ਮੱਕਾ, ਮੈਂ ਤਾਂ ਕਾਫੀ ਸਾਲਾਂ ਤੋਂ ਸਟਾਰ ਸੀ, ਕਿਹਦਾ ਕਿਹਨੇ ਬਣਾਇਆ ਸਟਾਰ? ਪੰਜਾਬੀਆਂ ਨੇ, ਚਾਈਨਾ 'ਚ ਥੋੜ੍ਹੀ ਨਾ ਤੇਰੀ ਕਾਮੇਡੀ ਚੱਲੀ, ਇੱਥੇ ਚੱਲੀ, ਪੰਜਾਬੀਆਂ ਨੇ ਤੈਨੂੰ ਪੈਸਾ ਦਿੱਤਾ, ਤੈਨੂੰ ਰੁਜ਼ਗਾਰ ਦਿੱਤਾ, ਪੰਜਾਬੀਆਂ ਨੇ ਹੀ ਫੰਡ ਭੇਜੇ ਸੀ ਜਦੋਂ ਤੂੰ ਇਲੈਕਸ਼ਨ ਲੜਿਆ, ਪੰਜਾਬੀਆਂ ਨੇ ਹੀ ਵੋਟਾਂ ਪਾਈਆਂ ਸੀ ਤੈਨੂੰ, ਤੇ ਜੇ ਪੰਜਾਬ ਨੇ ਤੈਨੂੰ MP ਬਣਾਇਆ, ਪੰਜਾਬ ਦਾ ਪੁੱਤ ਬਣ। ਅੱਜ ਉਹੀ ਕੇਜਰੀਵਾਲ ਜਿਹਨੂੰ ਕਹਿੰਦਾ ਹਾਈ ਕਮਾਂਡੋ ਸਵਰਾਜ ਦੀ ਗੱਲ ਕਰਦਾ ਸੀ, ਅੱਜ ਜਿਹੜੀ ਕਾਂਗਰਸ ਨੂੰ ਬੇਈਮਾਨ ਕਹਿੰਦਾ ਸੀ ਉਹ ਕਾਂਗਰਸ ਦੀਆਂ ਮਿੰਨਤਾਂ ਕਰ ਰਿਹਾ। ਸੋ ਸਾਡੀ ਤੈਨੂੰ ਬੇਨਤੀ ਹੈ ਪੰਜਾਬ ਦੇ ਪੁੱਤਾਂ ਨਾਲ ਖੜ ਜਾ, ਪੰਜਾਬ ਦੇ ਪੁੱਤਾਂ ਨਾਲ ਜੇ ਇੱਥੇ ਆ ਕੇ ਮਾਫੀ ਮੰਗ ਕੇ ਖੜ ਜਾਏਗਾ, ਸ਼ਾਇਦ ਤੇਰੇ ਪਿਛਲਿਆਂ ਦਾ ਤੇ ਤੇਰੇ ਅਗਲਿਆਂ ਦਾ ਤੇ ਤੇਰਾ ਕੋਈ ਥੋੜਾ ਬਹੁਤਾ ਜਨਮ ਸਫਲ ਹੋ ਜਾਏ। ਅੱਜ ਉਸ ਆਮ ਆਦਮੀ ਪਾਰਟੀ ਨੂੰ ਟਕਸਾਲੀਆਂ ਅਕਾਲੀਆਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ, ਕਦੀ ਕਿਸੇ ਨਾਲ ਅਸੀਂ ਗੱਠਜੋੜ ਕਰ ਰਹੇ ਹਾਂ, ਸਾਡੀ ਗੱਲ ਚੱਲ ਰਹੀ ਹੈ, ਕਿਉਂ ਚੱਲ ਰਹੀ ਹੈ ਵੀ? ਕਿਉਂਕਿ ਤੈਨੂੰ ਲੋੜ ਪੈ ਗਈ, ਤੇਰਾ ਪਤਨ ਆ ਗਿਆ, ਤੇਰਾ ਪਤਨ ਨਹੀਂ ਆਇਆ, ਪੰਜਾਬ ਦਾ ਪਤਨ ਕਰਨ ਤੋਂ ਬਾਅਦ ਤੇਰੀ ਅੱਜ ਆਮ ਆਦਮੀ ਪਾਰਟੀ ਦਾ ਪਤਨ ਆ ਗਿਆ, ਤੇਰੇ ਗਰੂਰ ਦਾ ਪਤਨ ਆ ਗਿਆ, ਤੇ ਉਸੇ ਗਰੂਰ ਨੂੰ ਤੇਰਾ ਹੀ ਸੰਗਰੂਰ, ਕਿਉਂਕਿ ਸੰਗਰੂਰ ਜੇ ਸਾਂ ਕੱਟ ਦੋ ਅੱਗੇ ਗਰੂਰ ਹੀ ਹੈ, ਸਾਂ ਸੱਚੇ ਪਾਤਸ਼ਾਹ ਜਦੋਂ ਉਹਨੇ ਸਾਥ ਛੱਡਿਆ ਤੇਰਾ ਗਰੂਰ ਰਹਿ ਜਾਣਾ, ਅੱਜ ਵੀ ਤੇਰੇ ਜਿਹੜਾ ਲੋਕਾਂ ਦੇ ਅੱਗੇ ਤੇਰਾ ਮਿਆਰ ਡਿੱਗਿਆ,
ਇਹ ਤੈਨੂੰ ਹੋਰ ਲੈ ਡੁੱਬੂਗਾ ਬਾਈ। ਮੈਂ ਤਾਂ ਤੇਰੇ ਕਲਾਕਾਰ ਹੋਣ ਦੇ ਨਾਤੇ ਤੈਨੂੰ ਐਡਵਾਈਸ ਕਰਦਾ, ਆਮ ਆਦਮੀ ਪਾਰਟੀ ਤੇਰਾ ਉਦੋਂ ਦਾ ਸਾਥੀ ਹੋਣ ਦੇ ਨਾਤੇ ਤੈਨੂੰ ਐਡਵਾਈਸ ਕਰਦਾ, ਤੈਨੂੰ ਲਾਲਚ ਰਿਹਾ ਹੋਊਗਾ ਸੀਟਾਂ ਦਾ। ਮੇਰੇ ਕੋਲ ਤਾਂ ਰਿਟਰਨ ਪ੍ਰੂਫ ਪਏ ਆ ਕਿ ਮੈਂ ਤਾਂ ਕਹਿਤਾ ਸੀ ਮੇਰੀ ਸੀਟ ਕਿਸੇ ਗਰੀਬ ਇਮਾਨਦਾਰ ਨੂੰ ਦੇ ਦਿਓ, ਜਿਤਾ ਦਾਂਗੇ। ਪਰ ਸੱਚ ਤੋਂ ਬਾਈ ਆਪਣਾ ਪੱਲਾ ਨਾ ਝਾੜੋ, ਸੱਚ ਤੋਂ ਆਪਣਾ ਰਾਹ ਇੱਧਰ ਉੱਧਰ ਪਾਪ ਵੱਲ ਨਾ ਜਾਓ। ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿ ਮੈਂ ਪੰਜਾਬ ਨੂੰ ਕਿੰਨਾ ਕੁ ਪਿਆਰ ਕਰਦਾ ਅਤੇ ਪੰਜਾਬ ਪ੍ਰਤੀ ਮੇਰੀ ਕੀ ਵਫਾਦਾਰੀ ਹੈ। ਮੈਨੂੰ ਕਿਸੇ ਜੱਸੀ ਜਸਰਾਜ ਤੋਂ ਸਰਟੀਫਿਕੇਟ ਦੀ ਲੋੜ ਨਹੀਂ। ਮੈਨੂੰ ਪਤਾ ਹੈ ਕਿ ਮੈਂ ਪੰਜਾਬ ਲਈ ਜਿਹੜੀ ਲੜਾਈ ਲੜ ਰਿਹਾ ਉਹ ਬਾਦਲਾਂ ਦੇ ਵਿਰੁੱਧ, ਉਹ ਅਕਾਲੀ ਦਲ ਕਾਂਗਰਸੀ ਜਿਹੜਾ ਗੱਠਜੋੜ ਹੈ ਉਹਦੇ ਵਿਰੁੱਧ ਹੈ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ, ਠੀਕ ਹੈ ਨਾ। ਸੋ ਮੈਂ ਤਾਂ ਉਹਨਾਂ ਨੂੰ ਗੁੱਡ ਲੱਕ ਕਹੂੰਗਾ, ਆ ਕੇ ਸੰਗਰੂਰ ਤੋਂ ਲੜ ਲੈਣ। ਕਾਹਦੀ ਮਾਫ਼ੀ, ਕਾਹਦੀ ਭੁੱਲ ਜੀ, ਮੇਰੇ ਤੋਂ ਗਲਤੀ ਕੀ ਹੋ ਗਈ? ਪੰਜਾਬੀਆਂ ਨਾਲ ਗਦਾਰੀ ਕੀਤੀ? ਮੈਂ ਕਿਹੜੀ ਗਦਾਰੀ ਕੀਤੀ ਜੀ? ਮੈਂ ਪੰਜਾਬ ਦਾ ਨੁਕਸਾਨ ਕੀ ਕੀਤਾ ਜੀ? ਮੈਂ ਆਪਣਾ ਕਰੀਅਰ ਛੱਡ ਕੇ ਅੱਜ ਵੀ ਲੜਦਾ ਫਿਰਦਾ, ਮੈਂ ਉੱਥੇ ਹੀ ਖੜਾ, ਮੈਂ ਵਫ਼ਾਦਾਰ ਸਿਪਾਹੀ ਹਾਂ ਪਾਰਟੀ ਦਾ। ਜਿੱਥੇ ਮੇਰੀ ਡਿਊਟੀ ਲੱਗੂਗੀ ਮੈਂ ਲੜੂੰਗਾ। ਮੇਰੀ ਡਿਊਟੀ ਜਲਾਲਾਬਾਦ ਲਾਈ, ਲੜਿਆ। ਮੇਰੀ ਨਾਲ ਡਿਊਟੀ ਲਾਈ, 300 ਰੈਲੀਆਂ ਕੀਤੀਆਂ ਮੈਂ, 300। ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਮੈਂ ਜਿਹੜਾ ਰੈਲੀਆਂ 'ਚ ਹੁੰਦਾ ਸੀ। ਮੇਰਾ ਤਾਂ ਗਲਾ ਵੀ ਬਹਿ ਗਿਆ ਸੀ ਉਦੋਂ, ਠੀਕ ਹੈ ਨਾ। ਇਹ ਕੋਈ ਗਦਾਰੀ ਹੈ? ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਉਹਨਾਂ ਵਿਰੁੱਧ ਲੜੋ ਜੀ। ਜਿਹੜਾ ਆਉਂਦਾ ਭਗਵੰਤ ਮਾਨ ਨੂੰ ਹਰਾਉਣਾ, ਭਗਵੰਤ ਮਾਨ ਨੂੰ ਹਰਾਉਣਾ। ਚਲੋ ਆ ਜਾਓ ਫਿਰ ਸੰਗਰੂਰ, ਵੈਲਕਮ ਕਹਿਣਾ। ਮੈਂ ਤਾਂ ਉਹ ਕਿਸੇ ਮਾਨਸਿਕ ਤੌਰ 'ਤੇ ਸਹੀ ਬੰਦੇ ਤਾਂ ਹੋ ਨਹੀਂ ਸਕਦੀ। ਮੈਨੂੰ ਲੱਗਦਾ ਜੱਸੀ ਜਸਰਾਜ ਨੂੰ ਟਿਕਟ ਦੀ ਨਹੀਂ, ਉਹਨੂੰ ਦਵਾਈ ਦੀ ਲੋੜ ਹੈ, ਠੀਕ ਹੈ ਨਾ, ਜਿਸ ਤਰ੍ਹਾਂ ਦੇ ਉਹ ਬਿਆਨ ਦੇ ਰਹੇ, ਠੀਕ ਹੈ ਨਾ। ਮੈਂ ਹੋਰ ਜ਼ਿਆਦਾ ਬਹੁਤ ਅਲਟੀਮੇਟ ਮਾਮਾ ਉਹਨਾਂ 'ਚ ਨਹੀਂ ਪੈਂਦਾ। ਮੈਂ ਸੱਚੇ ਦਿਲੋਂ ਪੰਜਾਬ ਨੂੰ ਪਿਆਰ ਕਰਦਾ, ਪੰਜਾਬ ਵਾਸਤੇ ਲੱਗਿਆ ਹੋਇਆ। ਮੇਰੀ ਚੁਣੌਤੀ ਜਿਹੜੀ ਹੈ ਨਾ, ਜਿਹਨੂੰ ਮੈਂ ਚੁਣੌਤੀ ਮੰਨਦਾ, ਉਹ ਬੇਰੁਜ਼ਗਾਰੀ ਹੈ, ਗਰੀਬਾਂ ਦੇ ਚੁੱਲ੍ਹਿਆਂ ਦੀ ਅੱਗ ਬੁਝ ਰਹੀ ਹੈ, ਉਹ ਮੇਰੀ ਚੁਣੌਤੀ ਹੈ। ਨਰੇਗਾ ਦੇ ਜਿਹੜੀਆਂ ਦਿਹਾੜੀਆਂ ਖਾਈ ਜਾਂਦੇ ਆ ਲੋਕ, ਉਹ ਮੇਰੇ ਲਈ ਚੁਣੌਤੀ ਹੈ, ਉਹ ਮੈਂ ਸਹੀ ਕਰਨਾ। ਉਹਦੇ ਹੱਕ 'ਚ ਮੈਂ ਆਵਾਜ਼ ਉਠਾਉਣੀ ਹੈ ਕਿ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ ਉਹ ਕਿਰਪਾ ਕਰਕੇ ਠੀਕ ਕਰੋ। ਮੇਰੀ ਲੜਾਈ ਮਹਿੰਗਾਈ ਨਾਲ ਹੈ, ਮੇਰੀ ਲੜਾਈ ਕਿਸਾਨੀ ਦੀ ਜਿਹੜੀ ਦੁਰਦਸ਼ਾ ਕਰਤੀ, ਇਹਨਾਂ ਨੇ ਫਾਹੇ ਲਈ ਜਾਂਦਾ ਕਿਸਾਨ, ਉਹ ਕਿਸਾਨੀ ਨੂੰ ਲੀਹ 'ਤੇ ਲੈ ਕੇ ਆਉਣ ਦੀ ਲੜਾਈ ਹੈ ਜੀ ਸਾਡੀ। ਇਹ ਮੈਂ ਹੋਰ ਕਿਸੇ ਨੂੰ, ਮੈਂ ਕਹਿੰਦਾ ਅਕਾਲੀ ਕਾਂਗਰਸੀ ਜਿਹੜਾ ਮਰਜ਼ੀ ਆਵੇ, ਵੈਲਕਮ, ਹਰੇਕ ਨੂੰ ਹੱਕ ਹੈ। 19 ਮਈ ਨੂੰ ਲੋਕ ਦੱਸ ਦੇਣਗੇ ਕਿ ਕੌਣ ਪੰਜਾਬ ਦਾ ਗਦਾਰ ਹੈ, ਕੌਣ ਵਫ਼ਾਦਾਰ ਹੈ। ਟਾਈਮ ਉਹ ਕਦੋਂ ਕਾਂਗਰਸੀਆਂ ਅਤੇ ਅਕਾਲੀਆਂ ਵਿਰੁੱਧ ਬੋਲਿਆ ਸੀ? ਜਦੋਂ ਦੇਖੋ ਆਮ ਆਦਮੀ ਪਾਰਟੀ ਦੇ ਵਿਰੋਧੀ ਬੋਲਦੇ ਰਹਿੰਦੇ, ਜਦੋਂ ਦੇਖੋ ਕੇਜਰੀਵਾਲ, ਭਗਵੰਤ ਮਾਨ ਕੇਜਰੀਵਾਲ, ਮਾੜਾ ਕੀ ਕਰਤਾ ਜੀ ਅਸੀਂ? 1 ਰੁਪਏ ਦਾ ਵੀ ਇਲਜ਼ਾਮ, ਜੇ ਕਿਤੇ 1 ਰੁਪਏ ਦਾ ਵੀ ਇਹਨਾਂ ਨੂੰ ਭ੍ਰਿਸ਼ਟਾਚਾਰ ਦਾ ਮੇਰੇ 'ਤੇ ਵਿਰੁੱਧ ਲੱਭ ਜਾਂਦਾ, ਹੁਣ ਤੱਕ ਇਹ ਮੈਨੂੰ ਛੱਡਦੇ? ਸਾਰੇ ਤਾਂ ਮੇਰੇ ਦੁਸ਼ਮਣ ਬਣੇ ਬੈਠੇ ਨੇ, ਸਾਰੇ ਤਾਂ ਚਾਹੁੰਦੇ ਨੇ ਕਿ ਕਦੋਂ ਇਹਦੀ ਆਵਾਜ਼ ਨੂੰ ਬੰਦ ਕਰ ਦਈਏ। ਹੁਣ ਮੈਨੂੰ ਚੱਕ ਕੇ ਜੇਲ੍ਹ 'ਚ ਮਾਰਿਆ ਹੁੰਦਾ। ਜੱਸੀ ਜਸਰਾਜ ਨੂੰ ਬੇਨਤੀ ਹੈ, ਕਿਰਪਾ ਕਰਕੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਨਾ, ਜਿਹੜੇ ਅਸਲੀ ਲੁਟੇਰੇ ਨੇ ਪੰਜਾਬ ਦੇ, ਉਹਨਾਂ ਨਾਲ ਲੜਾਈ ਲੜੋ। ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਤਿਕੜਮਬਾਜ਼ੀਆਂ, ਜਾਂ ਕੋਈ ਕਿਸੇ ਨੂੰ ਜੇ ਪੰਜਾਬ ਦੇ ਹੱਕ ਦੇ ਵਿੱਚ ਕੋਈ ਬੋਲਦਾ, ਜੇ ਉਹਨੂੰ ਤੁਸੀਂ ਹਰਾਉਣ ਆਇਓ ਤਾਂ ਆ ਜਾਓ ਨਾ, ਲੋਕ ਦੱਸ ਦੇਣਗੇ 23 ਤਰੀਕ ਨੂੰ। ਅੱਖ ਮਿਲਾ ਕੇ ਗੱਲ ਕਹਿਣਾ, ਜੱਸੀ ਜਸਰਾਜ ਜੀ ਆ ਕੇ ਇੱਥੇ ਸੰਗਰੂਰ ਦੇ ਲੋਕਾਂ 'ਚ ਆਓ, ਆਪਦਾ ਪ੍ਰੋਗਰਾਮ ਦਿਓ, ਦੱਸੋ ਤੁਸੀਂ ਸੰਗਰੂਰ ਵਾਸਤੇ ਕੀ ਕੀਤਾ ਜਾਂ ਕੀ ਕਰੋਗੇ। ਲੋਕ 19 ਤਰੀਕ ਨੂੰ ਦੱਸ